अच्छा जी, हरियाणे तो 100 करोड़ दे घोटाले की जी खबर आ रही है, तो सारी कहानी थोड़ा मैं दसदा हाँ जी। किसानों के लिए आए 600 करोड़, तो अपसरा ने मिली भगत करके रवाड़ी करनाल जीरकपुर के खरीदे लग्जरी फ्लैट। सो जी, हरियाणा के सहकारिता विभाग के होए 100 करोड़ रुपए के घोटाले के एंटी करप्शन ब्यूरो ACB की जांच जारी आ। हुण तक सामने आया आ कि किसानों के लिए केंद्रीय सहकारिता मंत्रालय द्वारा भेजे गए सरकारी पैसे दे नाल करनाल जीरकपुर रेवाड़ी दे विच लग्जरी अपार्टमेंट्स च जिहड़े उह फ्लैट्स खरीदे गए। ACB हुण तक इस मामले दे विच जगाधरी कैथल अंबाला दे विच 11 FIR दर्ज कर चुकी आ। शुक्रवार देर रात गुरुग्राम दे विच भी ACB दी टीम ने जिहड़े उह रेड कीती आ। ਇੱਥੋਂ ਜਿਹੜੇ ਵਿਭਾਗ ਨੂੰ ਕੁਝ ਜ਼ਰੂਰੀ ਦਸਤਾਵੇਜ਼ ਜਿਹੜੇ ਉਹ ਜ਼ਬਤ ਕੀਤੇ ਆ। ACB ਦੇ ਜਿਹੜੇ ਬਹੁਤ ਸਾਰੇ ਅੱਗੇ ਹੋਰ ਵੀ ਕਈ ਚੀਜ਼ਾਂ ਜਿਹੜੀਆਂ ਉਹ ਆ ਰਹੀਆਂ ਆ, ਤੁਸੀਂ ਚੈੱਕ ਕਰਿਓ ਜਾ ਕੇ। ਤੇ ਕੇਂਦਰ ਨੇ 2022 ਦੇ ਵਿੱਚ ਸਹਿਕਾਰਿਤਾ ਵਿਭਾਗ ਨੂੰ 600 ਕਰੋੜ ਰੁਪਏ ਕਿਸਾਨਾਂ ਦੇ ਲਈ ਜਾਰੀ ਕੀਤੇ ਸੀ, ਤੇ ਇਸੇ ਰਾਸ਼ੀ ਦੇ ਵਿੱਚ ਘੁਟਾਲਾ ਕੀਤਾ ਗਿਆ ਆ। ਐਡੀਸ਼ਨਲ ਡਾਇਰੈਕਟਰ ਦੇ ਨਾਲ ACB ਜਿਹੜੀ ਉਹ ਪੁੱਛਤਾਛ ਕਰੇਗੀ। ਵਿਭਾਗ ਦੇ ਐਡੀਸ਼ਨਲ ਡਾਇਰੈਕਟਰ ਨਰੇਸ਼ ਗੋਇਲ ਤੇ ਹੋਰ ਕਈ ਅਫਸਰਾਂ ਦੇ ਨਾਲ ਜਿਹੜੀ ਹੁਣ ਇਹ ਪੁੱਛਤਾਛ ਹੋਏਗੀ, ਤੇ ਕੇਸ ਦਰਜ ਕਰਨ ਦੀ ਮਨਜ਼ੂਰੀ ਵੀ ਜਿਹੜੀ ਉਹ ਮੰਗੀ ਗਈ ਆ। ACB ਦੇ ਸੂਤਰਾਂ ਦਾ ਕਹਿਣਾ ਹੈ ਕਿ ਜਲਦ ਹੀ ਜਿਹੜੇ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਉਹ ਗ੍ਰਿਫਤਾਰੀਆਂ ਹੋਣਗੀਆਂ। ਸੋ ਸਹਿਕਾਰੀਤਾ ਵਿਭਾਗ ਨੇ 2021 ਦੇ ਵਿੱਚ ਸ਼ੁਰੂ ਕੀਤੀ 4 ਸਾਲ ਦੀ ਏਕੀਕ੍ਰਿਤ ਸਹਿਕਾਰੀ ਵਿਕਾਸ ਪਰਿਯੋਜਨਾ ਨੂੰ ਇਸ ਸਾਲ ਮਾਰਚ ਦੇ ਵਿੱਚ ਹੀ ਖਤਮ ਕਰਨ ਦਾ ਫੈਸਲਾ ਲਿਆ ਆ। ਯੋਜਨਾ ਦੇ 38 ਕਰੋੜ ਰੁਪਏ ਵਾਪਸ ਮੰਗਵਾ ਲਏ ਆ, ਤੇ ਵਿੱਤ ਵਿਭਾਗ ਤੋਂ 2023-24 ਦੇ ਲਈ ਪ੍ਰਸਤਾਵਿਤ 48.71 ਕਰੋੜ ਜਾਰੀ ਨਾ ਕਰਨ ਦੀ ਵੀ ਸਿਫਾਰਿਸ਼ ਕੀਤੀ ਗਈ ਆ। ਤੁਹਾਨੂੰ ਮੈਂ ਦੱਸ ਦਵਾਂ ਜੀ, ਇਸ ਯੋਜਨਾ ਦੇ ਤਹਿਤ ਕਿਸਾਨਾਂ ਨੂੰ ਟ੍ਰੇਨਿੰਗ, ਲੋਨ, ਸੋਲਰ ਪੰਪ, ਭੰਡਾਰ, ਗ੍ਰਹਿ ਤਿਆਰ, ਹੋਰ ਜਿਹੜੀਆਂ ਸੁਵਿਧਾਵਾਂ ਦਾ ਪ੍ਰਾਵਧਾਨ ਸੀਗਾ, ਲੇਕਿਨ ਦਿੰਦਾ ਕੌਣ ਆ। ਸੋ 2022 ਦੇ ਵਿੱਚ ਹੋਈ ਸੀ ਪਹਿਲੀ ਸ਼ਿਕਾਇਤ ਇਸ ਮਾਮਲੇ ਦੇ ਵਿੱਚ। ਸਭ ਤੋਂ ਪਹਿਲਾਂ ਨਵੰਬਰ 2022 ਦੇ ਵਿੱਚ ਰਿਵਾੜੀ ਜ਼ਿਲ੍ਹੇ ਨੂੰ ਲੈ ਕੇ ਸ਼ਿਕਾਇਤ ਆਈ ਸੀ। ਮੁੱਖ ਸਚਿਵ ਨੇ ACB ਨੂੰ ਜਾਂਚ ਸੌਂਪੀ। ਇਸ ਤੋਂ ਬਾਅਦ ਸਾਹਮਣੇ ਆਇਆ ਕਿ ਆਰੋਪੀ ਅਧਿਕਾਰੀਆਂ ਨੇ ਸਰਕਾਰੀ ਪੈਸੇ ਦੇ ਉੱਪਰ ਇੱਕ ਹੀ ਕੰਪਨੀ ਤੋਂ ਕੰਪਿਊਟਰ ਬੈਟਰੀ ਕੈਮਰੇ ਖਰੀਦੇ ਆ, ਤੇ ਜਦਕਿ ਕਾਗਜ਼ਾਂ ਦੇ ਵਿੱਚ ਦਿਖਾਇਆ ਹੈ ਕਿ ਉਹਨਾਂ ਨੇ ਟ੍ਰੇਨਿੰਗ ਦੇ ਉੱਪਰ ਖਰਚਾ ਕੀਤਾ ਆ, ਤੇ ਕੰਪਨੀਆਂ ਤੋਂ ਜਿਹੜਾ ਉਹ ਰਿਸ਼ਤੇਦਾਰਾਂ ਦੇ ਅਕਾਊਂਟ ਦੇ ਵਿੱਚ ਪੈਸੇ ਟ੍ਰਾਂਸਫਰ ਕਰਾ ਲਏ। ਇਹਦੇ 'ਚ ACB ਨੇ 14 ਅਧਿਕਾਰੀਆਂ ਅਤੇ ਕਰਮਚਾਰੀਆਂ ਉੱਤੇ ਕੇਸ ਦਰਜ ਕੀਤਾ ਆ। ਇਸ ਤੋਂ ਬਾਅਦ ਜਾਂਚ ਕੈਥਲ ਅਤੇ ਕਰਨਾਲ ਤੱਕ ਪੁੱਜੀ। ਕਰਨਾਲ ਤੱਕ ਪੁੱਜੀ ਪਾਣੀਪਤ, ਗੁਰੂਗ੍ਰਾਮ, ਸੋਨੀਪਤ ਜ਼ਿਲ੍ਹਿਆਂ 'ਚ ਵੀ ਜਿਹੜੀ ਜਾਂਚ ਚੱਲ ਰਹੀ ਆ। ਰਿਮਾਂਡ ਦੇ ਉੱਤੇ ਆ ਕੈਥਲ AR। ਇਸ ਮਾਮਲੇ ਦੇ ਵਿੱਚ ਕੈਥਲ ਸਹਿਕਾਰੀ ਸਮਿਤੀ ਦੇ ਸਹਾਇਕ ਰਜਿਸਟਰਾਰ AR ਜਤਿੰਦਰ ਕੌਸ਼ਿਕ ਨੂੰ ACB ਨੇ 2 ਦਿਨ ਦੀ ਰਿਮਾਂਡ ਦੇ ਉੱਪਰ ਲਿਆ ਆ। ਜਤਿੰਦਰ ਕੌਸ਼ਿਕ ਦੇ ਉੱਤੇ 2021-22 ਦੇ ਵਿੱਚ ICDP ਦੀ 4 ਕਰੋੜ 40 ਲੱਖ ਰੁਪਏ ਦੀ ਗ੍ਰਾਂਟ ਦੇ ਵਿੱਚ ਘੁਟਾਲੇ ਦੇ ਜਿਹੜੇ ਆਰੋਪ ਲੱਗੇ ਆ। ਸੋ ਕਈ ਗ੍ਰਿਫਤਾਰੀਆਂ ਵੀ ਹੋਈਆਂ ਜੀ। ਕਪੂਰ ਨੇ ਕਿਹਾ ਆ ਕਿ ਭ੍ਰਿਸ਼ਟਾਚਾਰੀ ਕੋਈ ਵੀ ਹੋਵੇ ਕਾਰਵਾਈ ਹੋਏਗੀ। ACB ਦੇ ਮਹਾਨਿਦੇਸ਼ਕ ਸ਼ਤਰੂਜੀਤ ਕਪੂਰ ਨੇ ਕਿਹਾ ਆ ਕਿ ਭ੍ਰਿਸ਼ਟਾਚਾਰੀ ਚਾਹੇ ਕੋਈ ਵੀ ਹੋਵੇ, ਕਿਸੇ ਵੀ ਵਿਭਾਗ ਦਾ ਹੋਵੇ, ਦੋਸ਼ੀ ਪਾਏ ਜਾਣ ਦੇ ਉੱਤੇ ਕਾਰਵਾਈ ਤੈਅ ਆ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਅਧਿਕਾਰੀ ਜਾਂ ਕਰਮਚਾਰੀ ਸਰਕਾਰੀ ਕੰਮ ਕਰਨ ਦੇ ਲਈ ਰਿਸ਼ਵਤ ਮੰਗਦਾ ਆ, ਤੇ ਤੁਰੰਤ ਇਹਦੀ ਜਾਣਕਾਰੀ ਹਰਿਆਣਾ ACB ਦੇ ਟ੍ਰੋਲ ਫ੍ਰੀ ਨੰਬਰ 1800 ਜਿਹੜਾ ਉਹ ਤੁਸੀਂ ਜਾ ਕੇ ਚੈੱਕ ਕਰ ਸਕਦੇ ਹਾਂ, ਜਾਂ ਫਿਰ 1064 ਪੂਰਾ ਨੰਬਰ ਦੂਸਰਾ ਜਿਹੜਾ ਉਹ ਵੱਡਾ ਹੈ 1064 ਦੇ ਉੱਤੇ ਦੇ ਸਕਦੇ ਹਾਂ। ਸੋ ਕੀ ਬੰਦਾ ਕਰੇ ਭਾਈ, ਪਤਾ ਨਹੀਂ ਕਿੱਦਾਂ ਇਹਨਾਂ ਦੀ ਹਿੰਮਤ ਪੈਂਦੀ ਆ ਲੋਕਾਂ ਦੀ ਕਿ ਪੈਸੇ ਜਿਹੜੇ ਉਹ ਇੱਦਾਂ ਖਾ ਲਈ। ਚੈੱਕ ਕਰੀਓ, ਬਹੁਤ ਸੁਰਖੀਆਂ ਦੇ ਵਿੱਚ ਜੀ ਇਹ ਇਸ ਟਾਈਮ ਇੰਡੀਆ ਦੇ ਵਿੱਚ ਖਬਰ ਚੱਲ ਰਹੀ ਹੈ।